ਤਸਵੀਰਾਂ ਸਿਰਸਾ ਤੇ ਰੋਹਤਕ ਦੀਆਂ ਨੇ, ਜਿੱਥੇ ਕਈ ਦਿਨਾਂ ਤੋਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਵੀ ਹੁਣ ਫਰੰਟ ਫੁੱਟ ਤੇ ਹੋ ਕੇ ਵਿਰੋਧ ਕਰ ਰਹੀ ਹੈ। ਤੇ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ, ਤੇ ਪੁਤਲਾ ਸਾੜ ਕੇ ਰੋਸ ਪ੍ਰਗਟਾਇਆ ਜਾ ਰਿਹਾ ਹੈ। ਭਾਜਪਾ ਨੂੰ ਰੋਸ ਹੈ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿੱਚ ਹੋਈ ਬਸ ਸਲੂਕੀ ਦਾ। ਪਰ ਸਿਰਸਾ ਵਿੱਚ ਜਦੋਂ ਭਾਜਪਾ ਵਾਲੇ ਪੁਤਲਾ ਫੂਕ ਮੁਜ਼ਾਹਰਾ ਕਰਨ ਲੱਗੇ ਤਾਂ ਕਿਸਾਨ ਵੀ ਭਾਜਪਾ ਦਾ ਵਿਰੋਧ ਕਰਨ ਪਹੁੰਚ ਗਏ। ਤਣਾਅ ਵਧ ਗਿਆ ਸੀ। ਪ੍ਰਸ਼ਾਸਨ ਨੇ ਮੋਰਚਾ ਸਾਂਭ ਕੇ ਦੋਹਾਂ ਨੂੰ ਇੱਕ ਦੂਜੇ ਤੋਂ ਦੂਰ ਰੱਖ ਲਿਆ। ਭਾਰਤੀਯ ਜਨਤਾ ਪਾਰਟੀ ਕੇ ਅਰੁਣ ਨਾਰੰਗ ਜੀ ਕੇ ਸਾਥ ਹੋਈ ਹੈ। ਇਸਕਾ ਕੜੇ ਸ਼ਬਦੋਂ ਮੇਂ ਨਿੰਦਾ ਕਰਤੇ ਹੈ, ਲੋਕਤੰਤਰ ਕੀ ਹੱਤਿਆ ਹੈ। ਪੰਜਾਬ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਸਾਰੀ ਕੀ ਸਾਰੀ ਕਾਂਗਰਸ ਪਾਰਟੀ ਔਰ ਵਿਪਕਸ਼ ਕੇ ਲੋਕ ਭਾਰਤੀਯ ਜਨਤਾ ਪਾਰਟੀ ਕੇ ਕਾਰਜਕਰਤਾਓਂ ਕੇ ਸਾਥ, ਨੇਤਾਓਂ ਕੇ ਸਾਥ ਐਸਾ ਵਿਵਹਾਰ ਕਰ ਰਹੇ ਹੈ, ਲੋਕਤੰਤਰ ਕੀ ਹੱਤਿਆ ਹੈ। ਜਿਹੜਾ ਕੰਮ ਹੈ ਇਹ ਹੋਇਆ, ਇਹ ਮੋਸਟ ਅਨਫਾਰਚੂਨੇਟ ਹੈ, ਦੁਰਭਾਗਯਪੂਰਨ ਹੈ। ਔਰ ਸਭ ਤੋਂ ਵੱਡੀ ਜਿਹੜੀ ਗਲਤ ਗੱਲ ਹੋਈ ਹੈ ਕਿ ਉਸ ਟਾਈਮ ਮੌਕੇ 'ਤੇ ਪੰਜਾਬ ਪੁਲਿਸ ਵੱਡੀ ਸੰਖਿਆ ਵਿੱਚ ਹਾਜ਼ਰ ਸੀ। ਇਸ ਤੋਂ ਸਿੱਧਾ ਸਿੱਧਾ ਇਹ ਪ੍ਰਦਰਸ਼ਿਤ ਹੁੰਦਾ ਹੈ ਕਿ ਜੋ ਵੀ ਕਾਂਡ ਹੋਇਆ ਉਹ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਦੀ ਸ਼ਹਿ ਨਾਲ ਹੋਇਆ। ਰੋਹਤਕ ਵਿੱਚ ਵੀ ਪੁਤਲਾ ਫੂਕ ਮੁਜ਼ਾਰੇ ਹੋਏ ਤੇ ਭਾਜਪਾ ਨੇ ਰਾਸ਼ਟਰਪਤੀ ਤੋਂ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਪੂਰੇ ਪ੍ਰਦੇਸ਼ ਮੇਂ ਭਾਰਤੀ ਜਨਤਾ ਪਾਰਟੀ ਦੁਆਰਾ ਪੰਜਾਬ ਸਰਕਾਰ ਔਰ ਪੰਜਾਬ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾ ਪੁਤਲਾ ਫੂਕਿਆ ਜਾ ਰਹਾ ਹੈ। ਇਸਕਾ ਕਾਰਨ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕੇ ਵਿਧਾਇਕ ਕੇ ਜਿਸ ਪ੍ਰਕਾਰ ਸੇ ਦੁਰਵਿਵਹਾਰ ਵਹਾਂ ਕੀਆ ਗਿਆ ਔਰ ਕਾਨੂੰਨ ਆਪਣੇ ਹਾਥ ਮੇਂ ਲੇਕਰ ਇੱਕ ਜਨ ਪ੍ਰਤੀਨਿਧੀ ਕਾ ਜਿਸ ਪ੍ਰਕਾਰ ਸੇ ਵਹਾਂ ਪੇ ਪੰਜਾਬ ਮੇਂ ਵਿਰੋਧ ਹੁਆ, ਉਹ ਕਿਸਾਨੋਂ ਕੇ ਨਾਮ ਸੇ ਕਾਂਗਰਸ ਕੇ ਕਾਰਜਕਰਤਾਓਂ ਨੇ ਯੇ ਵਿਰੋਧ ਕੀਆ। ਰਾਸ਼ਟਰਪਤੀ ਸੇ ਮੰਗ ਕਰ ਰਹੀ ਹੈ ਕਿ ਉਸਕੋ ਏਕ ਮਿੰਟ ਵੀ ਆਪਣੇ ਪਦ ਪੇ ਰਹਿਣੇ ਕਾ ਅਧਿਕਾਰ ਨਹੀਂ ਹੈ, ਜਿਸ ਪ੍ਰਦੇਸ਼ ਕੀ ਕਾਨੂੰਨ ਵਿਵਸਥਾ ਚੌਪਟ ਹੋ ਜਾਏ ਔਰ ਵਹਾਂ ਕਾ ਜਨ ਪ੍ਰਤੀਨਿਧੀ ਵੀ ਆਪਣੀ ਰੱਖਿਆ ਨਾ ਕਰ ਸਕੇ, ਤੋ ਇਸ ਪ੍ਰਕਾਰ ਕੇ ਜੋ ਰਾਜ੍ਯ ਮੇਂ ਸਰਕਾਰ ਕਾ ਬਣੇ ਰਹਿਣੇ ਕਾ ਕੋਈ ਹੱਕ ਨਹੀਂ ਹੈ। ਲੋਕਤੰਤਰ ਮੇਂ ਇਸ ਪ੍ਰਕਾਰ ਕੀ ਅਭਦਰਤਾ ਕਾ ਹਮ ਨਿੰਦਾ ਕਰਤੇ ਹੈ ਔਰ ਯੇ ਮੰਗ ਕਰਤੇ ਹੈ, ਕੇਂਦਰ ਸਰਕਾਰ ਸੇ ਮੰਗ ਕਰਤੇ ਹੈ ਕਿ ਵਹਾਂ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਏ। ਲੋਕਤੰਤਰ ਮੇਂ ਚੁਣੇ ਹੋਏ ਪ੍ਰਤੀਨਿਧੀ ਕੇ ਸਾਥ ਇਸ ਪ੍ਰਕਾਰ ਸੇ ਮਾਰਪੀਟ ਹੈ, ਬਦਰਤਾ ਕਿਸੀ ਵੀ ਤਰ੍ਹਾਂ ਸੇ ਸਹਿਣ ਨਹੀਂ ਹੋਗੀ। ਵੋ ਕਿਸਾਨ ਅੰਦੋਲਨ ਕੋ ਆੜ ਬਣਾ ਕਰ ਕਿ ਕਿਸਾਨ ਐਸਾ ਕਰ ਰਹੇ ਹੈ, ਲੇਕਿਨ ਮੈਂ ਵੀ ਇੱਕ ਕਿਸਾਨ ਕੀ ਬੇਟੀ ਹੂੰ, ਹਮਾਰੇ ਕਿਸਾਨ ਭਾਈ ਐਸਾ ਕਭੀ ਕਰ ਹੀ ਨਹੀਂ ਸਕਤੇ। ਵੋ ਬੜੇ ਸ਼ਾਲੀਨਤਾਪੂਰਵਕ ਆਪਣੀ ਬਾਤ ਕੋ ਮਨਵਾਨੇ ਕੇ ਲੀਏ ਧਰਨੇ ਪ੍ਰਦਰਸ਼ਨ ਕਰ ਰਹੇ ਹੈ, ਲੇਕਿਨ ਪੰਜਾਬ ਕੇ ਅੰਦਰ ਇੱਕ ਜਨਪ੍ਰਤੀਨਿਧੀ ਕੇ ਸਾਥ ਇੱਕ MLA ਕੇ ਸਾਥ ਜੋ ਘਟਨਾ ਘਟੀ ਹੈ, ਵੋ ਕਾਂਗਰਸੀ ਜੋ ਕਾਰਜਕਰਤਾ ਹੈ ਉਨਕੇ ਕਾਰਨ ਸੇ ਘਟੀ ਹੈ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਅਰੁਣ ਨਾਰੰਗ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਹਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਇਹ ਜੋ ਹਮਾਰੇ ਵਿਧਾਇਕ ਕੇ ਸਾਥ ਹੁਆ ਹੈ, ਭਾਰਤੀਯ ਜਨਤਾ ਪਾਰਟੀ ਇਸਕੋ ਵਿਧਾਇਕ ਪਰ ਨਹੀਂ ਭਾਰਤੀਯ ਜਨਤਾ ਪਾਰਟੀ ਪਰ ਹਮਲਾ ਮਾਨਤੀ ਹੈ ਔਰ ਇਸਕੇ ਲੀਏ ਹਮ ਜੋ ਵੀ ਕਰਨਾ ਹੋਗਾ ਪਾਰਟੀ ਨੇ ਪਹਿਲੇ ਮਰਲੇ ਮੇਂ ਜੇ ਕਾਰਜਕ੍ਰਮ ਕੀਏ ਹੈ, ਪੁਤਲਾ ਦਹਨ ਹੁਆ ਹੈ, ਆਨੇ ਵਾਲੇ 15 ਦਿਨੋਂ ਮੇਂ ਪਾਰਟੀ ਲਗਾਤਾਰ ਜਬ ਤੱਕ ਦੋਸ਼ੀ ਪਕੜੇ ਨਹੀਂ ਜਾਤੇ ਤਬ ਤੱਕ ਪਾਰਟੀ ਲਗਾਤਾਰ ਜੇ ਕਰੇਗੀ।